ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਨ ਦੇ ਵਿੱਚ ਮਹਾਰਪੀ ਸਿੰਘ ਡਾੜੂ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਤੁਹਾਡੇ ਰੂਬਰੂ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਖਬਰਾਂ ਦਾ ਤਾਜ਼ਾ ਬੁਲੇਟਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਕਟੂਆ ਰੇਲਵੇ ਸਟੇਸ਼ਨ ਤੋਂ ਉੱਚੀ ਬੱਸੀ ਰੇਲਵੇ ਸਟੇਸ਼ਨ ਤੱਕ ਬਿਨਾਂ ਡਰਾਈਵਰ ਗਾਰਡ ਦੇ ਦੌੜੀ ਮਾਲ ਗੱਡੀ ਕਟੂਆ ਰੇਲਵੇ ਸਟੇਸ਼ਨ ਤੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਇੱ ਮਾਲ ਗੱਡੀ ਅਚਾਨਕ ਚੱਲ ਪਈ ਕਿਵੇਂ ਤੁਰੀ ਕਿਵੇਂ ਹੋਇਆ ਤੁਹਾਨੂੰ ਦੱਸ ਦਈਏ ਕਿ ਜਿਸ ਥਾਂ ਤੇ ਟ੍ਰੇਨ ਰੁਕੀ ਸੀ ਉਹ ਟਲਾਨੜ ਵਾਲਾ ਸੀ 8 ਜਿਹੜੀ ਟ੍ਰੇਨ ਕਟੂਆ ਤੋਂ ਪਟਾਣਕੋਟ ਵੱਲ ਵਧਣ ਲੱਗੀ ਇਹ ਦੇਖ ਕੇ ਲੋਕਾਂ 'ਚ ਦਹਿਸ਼ਤ ਫੈਲ ਗਈ ਸੂਚਨਾ ਮਿਲਣ ਤੋਂ ਬਾਅਦ ਮਾਲ ਗੱਡੀ ਨੂੰ ਉੱਚੀ ਬਸੀ ਨੇੜੇ ਰੋਕਿਆ ਗਿਆ ਇਸ ਤਰ੍ਹਾਂ ਦਾ ਵੱਡਾ ਹਾਦਸਾ ਹੁਣੋ ਟਲ ਗਿਆ ਹੁਣ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦਿੱਤੇ ਹਨ ਡਿਵੀਜ਼ਨਲ ਟ੍ਰੈਫਿਕ ਮੈਨੇਜਰ ਜੰਮੂ ਦੇ ਅਧਿਕਾਰੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਟੂਆ ਸਟੇਸ਼ਨ ਤੇ ਰੁਕੀ ਇੱਕ ਮਾਲ ਗੱਡੀ ਅਚਾਨਕ ਪਠਾਨਕੋਟ ਤੋਂ ਟਟਲਾਨ ਹੋਣ ਕਾਰਨ ਬਿਨਾ ਡਰਾਈਵਰ ਦੇ ਅੱਗੇ ਵਧਣ ਲੱਗੀ ਐਤਵਰ ਸਵੇਰੇ ਹੁਸ਼ਿਆਰਪੁਰ ਪੰਜਾਬ ਦੇ ਗਟੂਆ ਤੋਂ ਦਸੂਹਾ ਤੱਕ 70 ਕਿਲੋਮੀਟਰ ਤੱਕ ਬਿਨਾ ਲੋਕੋ ਪਾਇਲਟ ਤੋਂ ਮਾਲ ਗੱਡੀ ਚੱਲ ਗਈ ਅਗਲੀ ਖਬਰ ਪਠਾਨਕੋਟ ਚ ਵਪਾਰੀਆਂ ਨਾਲ ਸੀਐਮ ਭਗਵੰਤ ਮਾਨ ਕਰਨਗੇ ਮੀਟਿੰਗ ਉਦਯੋਗ ਦੀਆਂ ਸੰਭਾਵਨਾਵਾਂ ਤੇ ਸਥਾਨਕ ਲੋੜਾਂ ਤੇ ਹੋਵੇਗੀ ਚਰਚਾ ਮੁੱਖ ਮੰਤਰੀ ਭਗਵਾਨ ਤਮਾਨ ਐਨਆਰਆਈ ਮੀਟਿੰਗ ਤੋਂ ਬਾਈਡਨ ਬਾਅਦ 25 ਫਰਵਰੀ ਨੂੰ ਮੋੜ ਪਠਾਨਕੋਟ ਪਹੁੰਚ ਰਿਹਾ ਨਾ ਮੁੱਖ ਮੰਤਰੀ ਪਠਾਨਕੋਟ ਵਿੱਚ ਡਿਫੈਂਸ ਰੋਡ ਤੇ ਇੱਕ ਰਿਜ਼ੋਰਟ ਦੇ ਵਿੱਚ ਇੱਕ ਸਰਕਾਰੀ ਕਾਰੋਬਾਰੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਿੱਥੇ ਵਪਾਰੀਆਂ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ ਇੱਥੇ ਵਰਣਨਯੋਗ ਹੈ ਕਿ ਇੱਕ ਸਾਲ ਪਹਿਲਾਂ 7 ਫਰਵਰੀ ਨੂੰ ਮੁੱਖ ਮੰਤਰੀ ਨੇ ਪਠਾਨਕੋਟ ਵਿੱਚ ਮਾਜੇ ਦੇ ਵਪਾਰੀਆਂ ਤੇ ਉਦਮੀਆਂ ਨਾਲ ਮੀਟਿੰਗ ਕੀਤੀ ਸੀ ਜਿਸ ਵਿੱਚ ਪਠਾਨਕੋਟ ਤੋਂ ਇਲਾਵਾ ਗੁਰਦਾਸਪੁਰ ਅਤੇ ਬਟਾਲਾ ਦੇ ਵਪਾਰੀਆਂ ਨੇ ਵੀ ਸ਼ਮੂਲੀਅਤ ਕੀਤੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਉਹਨਾਂ ਨਾਲ ਸੈਰਸਪਾਟਾ ਉਦਯੋਗ ਬਾਰੇ ਚਰਚਾ ਕੀਤੀ ਇਸ ਵਾਰ ਫਿਰ ਸੀਐਮ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀਜ਼ ਦੇ ਮੀਤ ਪ੍ਰਧਾਨ ਅਜੈ ਨੇਹਣ ਨੇ ਕਿਹਾ ਕਿ ਪਿਛਲੀ ਵਾਰ ਕੁਝ ਖਾਸ ਕਾਰੋਬਾਰੀ ਬਾਰੇ ਗੱਲਬਾਤ ਨਹੀਂ ਕੀਤੀ ਗਈ ਸੀ ਅਗਲੀ ਖਬਰ ਜਾਟ ਮਹਾਸਭਾ ਨੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ ਸੋਨੀਆ ਮਾਨ ਨੇ ਇੱਕ ਦਿੱਤਾ ਅਸਤੀਫਾ ਜਿਲ੍ਹਾ ਅਮਰਸਰ ਦੇ ਪਿੰਡ ਬੱਗਾ ਕਲਾਂ ਦੀ ਜੰਪਲ ਫਿਲਮੀ ਅਦਾਕਾਰ ਤੇ ਕਿਸਾਨ ਮੋਰਚੇ ਦਾ ਅਹਿਮ ਹਿੱਸਾ ਰਹੀ ਸੋਨੀਆ ਮਾਨ ਨੇ ਜਾਟ ਮਹਾਸਭਾ ਔਰਤ ਯੂਥ ਵਿੰਗ ਪੰਜਾਬ ਦੇ ਪ੍ਰਧਾਨਗ ਵਿਧੇ ਤੋਂ ਅਸਤੀਫਾ ਦੇ ਦਿੱਤਾ ਇਸ ਅਸਤੀਫੇ ਸੰਬੰਧੀ ਜਾਣਕਾਰੀ ਦਿੰਦਾ ਸੋਨੀਆ ਮਾਨ ਨੇ ਦੱਸਿਆ ਕਿ ਮੈਂ ਮਹਾਸਭਾ ਚ ਖੇਰਾਨੇ ਦੀ ਬਾਰਡਰ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਦੇ ਘੋਲ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਉਹਨਾਂ ਦਾ ਕਹਿਣਾ ਸੀ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹਨ ਅਤੇ ਸੰਘਰਸ਼ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ। ਅਗਲੀ ਖਬਰ ਸ਼੍ਰੀ ਗੰਗਾ ਨਗਰ ਚ ਆਨਲਾਈਨ ਡਾਟਾ ਚੋਰੀ ਕਰਨ ਵਾਲਾ ਗ੍ਰਿਫਤਾਰ ਚਾਰ ਦੇਸ਼ਾਂ ਦੀ ਫੌਜ ਦਾ ਸੰਵੇਦਨਸ਼ੀਲ ਡਾਟਾ ਵੀ ਮਿਲਿਆ ਹੈ। ਗੰਗਾ ਨਗਰ ਤੋਂ ਖਬਰ ਹੈ ਜ਼ਿਲ੍ਹੇ ਦੇ ਸ਼੍ਰੀ ਕਰਨਪੁਰ ਤੋਂ ਬੀਏ ਦੂਜੇ ਸਾਲ ਦੇ ਵਿਦਿਆਰਥੀ ਨੂੰ ਡਾਰਕ ਵੈਬ ਤੇ ਭਾਰਤ ਸਰਕਾਰ ਤੇ ਨਿੱਜੀ ਖੇਤਰਾਂ ਦਾ ਸੰਵੇਦਨਸ਼ੀਲ ਡਾਟਾ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਵਿਦਿਆਰਥੀ ਕ੍ਰਿਪਟੋ ਦੇ ਬਦਲੇ ਵਿੱਚ ਇਸ ਡੇਟਾ ਨੂੰ ਵੇਚ ਰਿਹਾ ਸੀ ਪੁਲਿਸ ਨੂੰ 4500 GB ਸਟੋਰੇਜ ਡਾਟਾ 5 ਲੱਖ ਆਧਾਰ ਕਾਰਡ ਅਤੇ 4 ਦੇਸ਼ਾਂ ਦੇ ਸੰਵੇਦਨਸ਼ੀਲ ਸੈਨਿਕ ਡਾਟਾ ਵੀ ਮਿਲਿਆ ਹੈ ਜ ਜਹਾਂ ਦਿੱਲੀ ਤੋਂ ਇੰਟੈਲੀਜੈਂਸ ਬਿਊਰੋ ਤੇ ਸ਼੍ਰੀ ਕਰਨਪੁਰ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਪਿੰਡ 49 ਐਫ ਵਿੱਚ ਛਾਪਾ ਮਾਰ ਕੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੀ ਗਿਰਿਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਿਤ ਪੈਂਡ 49 ਐਫ ਦਾ ਵਸਨੀਕ ਹੈ ਉਸਦੇ ਪਿਤਾ ਦੁਬਈ ਵਿੱਚ ਕੰਮ ਕਰਦੇ ਹਨ ਉਹ ਇਹ ਨੈਟਵਰਕ ਘਰੋਂ ਚਲਾਉਂਦਾ ਹੈ ਉਹ ਇੱਕ ਸਾਈਬਰ ਥ੍ਰੈਟ ਅਦਾਕਾਰ ਹੈ ਅਤੇ ਡਾਰਕ ਵੈਬ ਦੇ ਕਈ ਪਲੇਟਫਾਰਮਾਂ ਅਤੇ ਟੈਲੀਗ੍ਰਾਮ ਚੈਨਲਾਂ 'ਤੇ ਸਰਗਰਮ ਹੈ ਉਹ ਆਨਲਾਈਨ ਗੇਮਿੰਗ ਦੌਰਾਨ ਡਾਰਕ ਵੈਬ ਅਤੇ ਡੀ ਵੈਬ ਦੇ ਸੰਪਰਕ ਦੇ ਵਿੱਚ ਆਇਆ ਹੌਲੀ-ਹੌਲੀ ਉਹ ਸਰਫਿੰਗ 'ਚ ਇੰਨਾ ਮਾਹਰ ਹੋ ਗਿਆ ਕਿ ਉਸਨੇ ਆਨਲਾਈਨ ਡਾਟਾ ਚੋਰੀ ਕਰਕੇ ਟੈਲੀਗ੍ਰਾਮ ਚੈਨਲ ਰਾਹੀਂ ਵੇਚਣਾ ਸ਼ੁਰੂ ਕਰ ਦਿੱਤਾ ਸ਼੍ਰੀ ਕਰਨਪੁਰ ਪੁਲਿਸ ਸੀਓ ਸੁਦਾ ਪਲਾਵਤ ਦੇ ਅਨੁਸਾਰ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਟੈਲੀਗ੍ਰਾਮ ਚੈਨਲ ਚਲਾ ਰਿਹਾ ਸੀ ਉਸ ਨੇ ਇਸ ਚੈਨਲ ਤੇ ਅਸ਼ਲੀਲ ਸਮੱਗਰੀ ਅਪਲੋਡ ਕੀਤੀ ਉਹ ਇਸ ਚੈਨਲ ਦਾ ਐਡਮਿਨ ਵੀ ਹੈ ਉਹ 2018 ਤੋਂ ਵੀਡੀਓ ਗੇਮ ਖੇਡਦਾ ਸੀ ਉਹ ਹੌਲੀ ਹੌਲੀ ਲੈਪਟਾਪ ਤੋਂ ਇੰਟਰਨੈਟ ਦੀ ਡੁੰਗਾਈ ਤੱਕ ਚਲਾ ਗਿਆ ਪੁੱਛ ਕੁਝ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਡਾਰਕ ਵੈਬ ਰਾਹੀਂ ਕਰੀਬ 5 ਲੱਖ ਆਧਾਰ ਕਾਰਡ ਫੌਜ ਅਤੇ ਵੱਖ-ਵੱਖ ਦੇਸ਼ਾਂ ਦੇ 4500 ਜੀਬੀ ਡਾਟਾ ਹਾਸਲ ਕੀਤਾ ਹੈ ਇਸ ਰਾਈ ਹੁਣ ਪਤਾ ਲੱਗਾ ਕਿ ਉਸਨੇ ਕਰੀਬ 1 ਲੱਖ 11000 ਰੁਪਏ ਦਾ ਲੈਣ ਦੇਣ ਕੀਤਾ ਹੈ। ਅਗਲੀ ਖਬਰ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਲੰਡਾ ਗੈਂਗ ਦੇ ਤਿੰਨ ਮੈਂਬਰ ਕਾਬੂ 17 ਹਥਿਆਰ ਤੇ 33 ਮੈਗਜ਼ੀਨ ਬਰਾਮਦ ਜਲੰਧਰ ਕਮਿਸ਼ਨਰਟ ਪੁਲਿਸ ਦੇ ਸਪੈਸ਼ਲ ਸੈੱਲ ਦੀ ਪੁਲਿਸ ਨੇ ਖੂਫੀਆ ਮਹਿੰਮ ਦੌਰਾਨ ਖਤਰਨਾਕ ਗੈਂਗਰ ਲਕੀਸ਼ ਸਿੰਘ ਲੰਡਾ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਤੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਤਿੰਨ ਗ੍ਰਿਫਤਾਰ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਨੇ ਦੱਸਿਆ ਕਿ ACP ਡਿਟੈਕਟਿਵ ਪਰਮਜੀਤ ਸਿੰਘ ਨੂੰ ਸੂਤਰਾਂ ਤੋਂ ਸੂਚਨਾ ਮਿਲ ਕੇ ਲੰਡਾ ਗੈਂਗ ਦੇ ਮੈਂਬਰ ਅੰਤਰਾਜੀ ਹਥਿਆਰਾਂ ਦੀ ਤਸਕਰੀ ਕਰੀ ਗਾਰ ਰਹੇ ਹਨ ਜਿਸ ਤੋਂ ਬਾਅਦ ਸੂਚਨਾ ਦੇ ਆਧਾਰ 'ਤੇ ਸਪੈਸ਼ਲ ਸੈੱਲ ਦੀ ਪੁਲਿਸ ਨੇ ਇੱਕ ਆਪਰੇਸ਼ਨ ਚਲਾਇਆ ਜੋ ਤਕਰੀਬਨ 7 ਦਿਨ ਤੱਕ ਚੱਲਿਆ ਉਹਨਾਂ ਕਹਿ ਕੇ ਐਸੇ ਆਪਰੇਸ਼ਨ ਦੇ ਤਹਿਤ ਸਪੈਸ਼ਲ ਸੈੱਲ ਦੀ ਪੁਲਿਸ ਨੇ ਜਾਲ ਵਿਛਾ ਕੇ ਲੰਡਾ ਗੈਂਗ ਦੇ ਤਿੰਨ ਮੈਂਬਰ ਜਿਨ੍ਹਾਂ ਦੀ ਪਛਾਣ ਕੋਨਾਲ, ਗੁਰਲਾਲ ਅਤੇ پرویز ਵਜੋਂ ਹੋਈ ਹੈ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਨੇ ਦੱਸਿਆ ਕਿ ਕੋਨਾਲ ਫਰੀਦਪੁਰ ਦਾ ਵਸਨੀਕ ਹੈ ਉਸ ਖਿਲਾਫ ਅਸਲ ਐਕਟ ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਦੇ 7 ਮੁਕਾਦਮੇ ਪੈਂਡਿੰਗ ਹਨ ਉਹਨਾਂ ਨੇ ਦੱਸਿਆ ਕਿ ਗੁਰਲਾਲ ਅਤੇ پرویز ਪੱਟੀਵਾਸੀ ਚਿਚੇਰੇ ਭਰਾ ਹਨ ਅਗਲੀ ਖਬਰ ਬੋਹਰ ਤੋਂ ਬੋਹਰ ਦੇ ਵਿੱਚ ਫਿਜ਼ੀਓਥੈਰੇਪੀ ਡਾਕਟਰ ਨੇ ਫਾਹ ਲੈ ਕੇ ਖੁਦਕੁਸ਼ੀ ਕੀਤੀ ਹੈ ਅਬੋਰ ਦੀ ਨਵੀਂ ਆਬਾਦੀ ਗਲੀ ਨੰਬਰ 13 ਦੇ ਰਹਿਣ ਵਾਲੇ ਇੱਕ ਫਿਜ਼ੀਓਥੈਰੇਪੀ ਡਾਕਟਰ ਨੇ ਪਤੀ ਪਤਨੀ ਜਿਹੜਾ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਘਟਨਾ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਨਰਸੋਗਰ ਨਰੈਣਸੋਯ ਸਮਤੀ ਦੇ ਮੁਖੀ ਰਾਜੂ ਚਰਾਏ ਤੇ ਸ਼ਹਿਰੀ ਨਰੂਲਾ ਨੂੰ ਸੂਚਨਾ ਦਿੱਤੀ ਸੂਚਨਾ ਮਿਲਣ ਦੇ ਜਿਹੜਾ ਮੌਕੇ ਤੇ ਪੁਲਿਸ ਪੁੱਜੀ ਲਾਸ਼ ਨੂੰ ਹੇਠਾਂ ਧਾਰ ਕੇ ਸਰਕਾਰੀ ਹਸਪਤਾਲ ਪੰਚਾਇਆ ਅਮ੍ਰਿਤਕ ਕੋਲੋਂ ਇੱਕ ਸੁਸਾਇਡ ਨੋਟ ਵੀ ਮਿਲਿਆ ਜਿਸ ਤੇ ਉਸਨੇ ਪਤੀ ਪਤਨੀ ਦਾ ਨਾਮ ਲਿਖਿਆ ਹੋਇਆ ਪੁਲਿਸ ਨੇ ਨੋ ਕਬਜ਼ੇ ਦੇ ਵਿੱਚ ਲੈ ਲਿਆ ਮ੍ਰਿਤਕ ਦਿਨੇਸ਼ ਕੁਮਾਰ ਲਖੀਰਾ 25 ਪੁੱਤਰ ਹਰੀ ਸ਼ੰਕਰ ਦੇ ਭਰਾ ਮੁਕੇਸ਼ ਨੇ ਦੱਸਿਆ ਕਿ ਜਦੋਂ ਸਵੇਰੇ ਜਾਗਿਆ ਤਾਂ ਉਸਨੇ ਘਰ ਚ ਬਣੇ ਕਲੀਨਿਕ ਚ ਆਪਣੇ ਭਰਾ ਦੀ ਲਾਸ਼ ਲਟਕਦੀ ਦੇਖੀ ਜਿਸ ਤੋਂ ਬਾਅਦ ਉਸਨੇ ਜਿਹੜੇ ਸੂਚਨਾ ਦਿੱਤੀ ਸੂਚਨਾ ਦੇ ਸੁਸਾਇਡ ਨੋਟ ਮਿਲਿਆ ਜਿਸ ਵਿੱਚ ਉਸਨੇ ਲਿਖਿਆ ਕਿ ਨਈ ਆਬਾਦੀ ਦੇ ਰਹਿਣ ਵਾਲੇ ਇੱਕ ਜੋੜੇ ਨੇ ਉਸ ਨੂੰ ਇੱਕ ਕੰਪਨੀ ਵਿੱਚ 25 ਲੱਖ ਰੁਪਏ ਦਾ ਨਿਵੇਸ਼ ਕਰਾਇਆ ਸੀ ਜਿਸ ਤੋਂ ਬਾਅਦ ਕੰਪਨੀ ਫਰਾਰ ਹੋ ਗਈ ਇਸ 25 ਲੱਖ ਰੁਪਏ ਚੋਂ ਕੁਝ ਪੈਸੇ ਉਸ ਦੇ ਅਤੇ ਕੁਝ ਹੋਰ ਲੋਕਾਂ ਦੇ ਸਨ ਕੰਪਨੀ ਛੱਡ ਕੇ ਭੱਜਣ ਤੋਂ ਬਾਅਦ ਪੈਸੇ ਲਗਾਉਣ ਵਾਲੇ ਲੋਕਾਂ ਨੂੰ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਮ੍ਰਿਤਕ ਨੇ ਜੋੜੇ ਤੋਂ 25 ਲੱਖ ਰੁਪਏ ਮੰਗੇ ਪਰ ਪਤੀ ਪਤਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਗਲੀ ਖਬਰ ਕਿਸਾਨਾਂ ਤੇ ਹਰਿਆਣਾ ਪੁਲਿਸ ਦੀ ਕਾਰਵਾਈ ਉੱਤੇ ਕੈਪਟਨ ਮਰਿੰਦਰ ਸਿੰਘ ਦਾ ਬਿਆਨ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੀ ਉੱਤੇ ਕੀਤੀ ਕਾਰਵਾਈ ਖਿਲਾਫ ਭਾਜਪਾ ਆਗੂ ਵੀ ਨਿਤਰ ਆਏ ਹਨ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਹਰਿਆਣਾ ਪੁਲਿਸ ਦੀ ਕਾਰਵਾਈ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਉਹਨਾਂ ਨੇ ਸਬੰਧਤ ਟਵੀਟ ਕਰਕੇ ਆਖਿਆ ਕਿ ਹਰਿਆਣਾ ਪੁਲਿਸ ਵੱਲੋਂ ਸਾਡੇ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ਤੇ ਕੀਤੇ ਤਸ਼ੱਦਦ ਦੀ ਮੈਂ ਸਖਤ ਨਿੰਦਾ ਕਰਦਾ ਹਾਂ ਮੈਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਪੁਲਿਸ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਜੋ ਇੱਕ ਨਹਿੱਥੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ੀ ਹਨ ਅਗਲੀ ਮਹੱਤਵਪੂਰਨ ਖਬਰ ਸਿੰਘੂ ਤੇ ਡਿਗਰੀ ਬਾਰਡਰ ਖੋਲਣਾ ਸ਼ੁਰੂ ਦਿੱਲੀ ਪੁਲਿਸ ਤੋੜ ਰਹੀ ਕੰਕਰੀਟ ਦੇ ਕੰਧਾਂ ਕਿਸਾਨਾਂ ਦੇ ਅੰਦੋਲਨ ਦਰਮਿਆਨ ਦਿੱਲੀ ਪੁਲਿਸ ਨੇ ਵੱਡਾ ਫੈਸਲਾ ਲਿਆ ਦਿੱਲੀ ਪੁਲਿਸ ਡਿਗਰੀ ਅਤੇ ਸਿੰਘੂ ਪਸਰਾਤ ਤੇ ਕਿਸਾਨਾਂ ਨੂੰ ਰੋਕਣ ਲਈ ਲਗਾਏ ਗੇ ਵੈਰੀਕੇਡਨ ਨੂੰ ਸਥਾਈ ਤੌਰ ਤੇ ਹਟਾ ਰਹੀ ਹੈ ਤਾਂ ਜੋ ਸੜਕ 'ਚ ਆਮ ਆਵਾਜਾਈ ਨੂੰ ਖੋਲਣ ਜਿਹੜਾ ਲਿਖੋਲਿਆ ਜਾ ਸਕੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਸੜਕ ਦੇ ਦੋਵੇਂ ਪਾਸੇ ਸੜਕ ਦੇ ਇੱਕ ਹਿੱਸੇ ਨੂੰ ਆਵਾਜਾਈ ਲਈ ਖੋਲਿਆ ਜਾ ਰਿਹਾ ਹੈ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਦੋਵੇਂ ਸਰਹੱਦਾਂ ਤੇ ਕੰਕਰੀਟ ਦੀਆਂ ਕੰਧਾਂ ਲਾ ਕੇ ਬੈਰੀਕੇਡ ਲਗਾ ਦਿੱਤੇ ਸਨ ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣ ਦੀ ਕਾਰਵਾਈ ਦਰਮਿਆਨ ਕਿਸਾਨ ਆਗੂ ਸਰਮ ਸਿੰਘ ਬੰਦੇਰ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਅੰਦੋਲਨ ਜਾਰੀ ਰਹੇਗਾ ਤੇ ਭਵਿੱਖ ਦੀ ਰਣਨੀਤੀ ਬਾਰੇ 29 ਫਰਵਰੀ ਨੂੰ ਵੱਡਾ ਐਲਾਨ ਕੀਤਾ ਜਾਵੇਗਾ ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਮੀਦੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਮਿਲਦੇ ਹਾਂ ਖਬਰਾਂ ਦੇ ਅਗਲੇ ਤਾਜ਼ਾ ਬੁਲੇਟਿਨ ਦੇ ਨਾਲ ਤਦ ਤੱਕ ਦੇ ਲਿਮੀਰਵਾਨੀ ਧੰਨਵਾਦ ਜੀ